ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਕਾਂਗਰਸ ਹਾਈ ਕਮਾਂਡ ਦੇ ਨਿਰਦੇਸ਼ਾਂ ਤੇ ਬਲਾਕ ਕਾਂਗਰਸ ਰੁਟਕਾ ਕਲਾਂ ਦੇ ਪ੍ਰਧਾਨ ਰਾਕੇਸ਼ ਦੁੱਗਲ ਦੀ ਅਗਵਾਈ ਹੇਠ ਮੇਜ ਚੌਂਕ ਗ੍ਰਾਮ ਵਿੱਚ ਕੇਂਦਰ ਦੇ ਨਰਿੰਦਰ ਮੋਦੀ ਵਾਲੀ ਭਾਜਪਾ ਸਰਕਾਰ ਖਿਲਾਫ ਧਰਨਾ ਲਗਾਇਆ ਗਿਆ। ਇਸ ਮੌਕੇ ਬੋਲਦਿਆਂ ਰਾਕੇਸ਼ ਦੁੱਗਲ ਅਤੇ ਨਗਰ ਕੌਂਸਲ ਗ੍ਰਾਮ ਦੇ ਪ੍ਰਧਾਨ ਕਮਲਦੀਪ ਸਿੰਘ ਬਿੱਟੂ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਹਰ ਵਰਗ ਦੁਖੀ ਹੈ। ਇਸ ਮੌਕੇ ਕੇਂਦਰ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਬਲਾਕ ਪ੍ਰਧਾਨ ਕਾਂਗਰਸ ਰਾਕੇਸ਼ ਦੁੱਗਲ, ਪ੍ਰਧਾਨ ਨਗਰ ਕੌਂਸਲ ਗ੍ਰਾਮ ਕਮਲਦੀਪ ਸਿੰਘ ਬਿੱਟੂ, ਚੇਅਰਮੈਨ ਬਲਾਕ ਸਮਿਤੀ ਰੁੜਕਾ ਕਲਾਂ ਹਰਜਿੰਦਰ ਕੌਰ, ਸ਼ਹਿਰੀ ਵਾਈਸ ਪ੍ਰਧਾਨ ਕਾਂਗਰਸ ਸੰਜੇ ਅਟਵਾਲ, ਦਾਰਾ ਸਿੰਘ ਰਾਏ, ਕੌਂਸਲਰ ਜਸਵਿੰਦਰ ਸਿੰਘ ਚਿੰਤਾ, ਕੌਂਸਲਰ ਰੋਸ਼ਨ ਲਾਲ, ਕੌਂਸਲਰ ਰਾਜੀਵ ਕੁੰਜ, ਜੀਵਨ ਕੁਮਾਰ ਹਰਬੰਸ, ਮੈਮੀ ਅਨਿਲ ਜੋਸ਼ੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ। ਅੱਜ ਗ੍ਰਾਮ ਸ਼ਹਿਰ ਵਿੱਚ ਮੋਦੀ ਸਰਕਾਰ ਦੇ ਖਿਲਾਫ ਧਰਨਾ ਲਗਾਇਆ ਗਿਆ, ਜੋ ਸਾਡੇ ਹਲਕਾ ਇੰਚਾਰਜ ਸ਼੍ਰੀ ਵਿਕਰਮਜੀਤ ਸਿੰਘ ਚੌਧਰੀ ਅਤੇ ਸਾਡੇ ਜ਼ਿਲ੍ਹੇ ਦੇ MP ਸਾਹਿਬ ਸ਼੍ਰੀ ਸੰਤੋਖ ਸਿੰਘ ਚੌਧਰੀ, ਉਹਨਾਂ ਦੇ ਦਿਸ਼ਾ ਨਿਰਦੇਸ਼ਾਂ 'ਤੇ ਇਹ ਧਰਨਾ ਲਗਾਇਆ ਗਿਆ। ਇਹ ਧਰਨਾ ਮੋਦੀ ਦੀਆਂ ਕੂਟਕਟੀਆ ਨੀਤੀਆਂ 'ਤੇ ਲਗਾਇਆ ਗਿਆ, ਜੋ SC ਵਿਦਿਆਰਥੀਆਂ ਨਾਲ ਕਰਦਾ ਹੈ ਅਤੇ ਜੋ ਹਰ ਮੁੱਦੇ 'ਤੇ ਕਦੀ ਰਾਮ ਮੰਦਰ, ਕਦੀ JNK ਦਾ, ਕੋਈ ਨਾ ਕੋਈ ਨਿਤ ਨਵੇਂ ਤੋਂ ਨਵਾਂ ਪੰਗਾ ਪਾਈ ਰੱਖਦਾ ਆ। ਅਸੀਂ ਮੋਦੀ ਖਿਲਾਫ ਧਰਨਾ ਦੇ ਕੇ ਰੋਸ ਪ੍ਰਗਟ ਕਰਦੇ ਹਾਂ ਕਿ ਮੋਦੀ ਸਾਹਿਬ ਦੀਆਂ ਅੱਖਾਂ ਖੁੱਲ੍ਹ ਜਾਣ, ਇਸ ਕਰਕੇ ਇਹ ਧਰਨਾ ਲਗਾਇਆ ਗਿਆ। ਅੱਜ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ, ਬਹੁਤ ਹੀ ਸਤਿਕਾਰਯੋਗ ਮਾਨਯੋਗ ਸ਼੍ਰੀਮਤੀ ਸੋਨੀਆ ਗਾਂਧੀ ਜੀ ਔਰ ਬਹੁਤ ਹੀ ਸਤਿਕਾਰਯੋਗ ਸ਼੍ਰੀ ਰਾਹੁਲ ਗਾਂਧੀ ਜੀ, ਜਿਹੜੇ ਕਾਂਗਰਸ ਦੇ ਸਿੱਪਾ ਸਲਾਹ ਹਨ, ਉਹਨਾਂ ਦੇ ਦਿਸ਼ਾ ਨਿਰਦੇਸ਼ ਥੱਲੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਔਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਬਹੁਤ ਹੀ ਸਤਿਕਾਰਯੋਗ ਸ਼੍ਰੀ ਸ਼੍ਰੀ ਜਾਖੜ ਜੀ ਦੇ ਹੁਕਮ ਅਨੁਸਾਰ ਜਿਹੜਾ ਅੱਜ ਸਾਰੇ ਪੰਜਾਬ ਦੇ ਵਿੱਚ ਧਰਨਾ ਪ੍ਰਦਰਸ਼ਨ ਸੈਂਟਰ ਸਰਕਾਰ ਦੇ ਖਿਲਾਫ ਕੀਤਾ ਗਿਆ, ਜਿਸ ਦੇ ਵਿੱਚ ਸਾਡੇ ਮਾਨਯੋਗ ਚੌਧਰੀ ਸੰਤੋਖ ਸਿੰਘ ਜੀ ਮੈਂਬਰ ਪਾਰਲੀਮੈਂਟ ਔਰ ਚੌਧਰੀ ਵਿਕਰਮਜੀਤ ਸਿੰਘ ਜੀ ਸਾਡੇ ਹਲਕਾ ਇੰਚਾਰਜ ਫਲੌਰ, ਉਹਨਾਂ ਨੇ ਚੇਚੇ ਤੌਰ 'ਤੇ ਦਿਸ਼ਾ ਨਿਰਦੇਸ਼ ਦਿੱਤੇ ਸਨ। ਉਸ ਸੰਬੰਧ ਦੇ ਵਿੱਚ ਅੱਜ ਗੁਰਾਇਆ ਦੇ ਵਿਖੇ ਬਲਾਕ ਕਾਂਗਰਸ ਰੁੜਕਾ ਕਲਾਂ ਵੱਲੋਂ ਜਿਹੜਾ ਧਰਨਾ ਦਿੱਤਾ ਗਿਆ, ਜਿਸ ਵਿੱਚ ਕਿ ਸੈਂਟਰ ਸਰਕਾਰ ਦੀਆਂ ਜਿਹੜੀਆਂ ਲੋਕ ਮਾਰੂ ਨੀਤੀਆਂ ਆ ਉਹਨਾਂ ਨੂੰ ਉਜਾਗਰ ਕੀਤਾ ਗਿਆ। ਜਿਹੜੀ ਵੀ ਨੀਤੀ ਲੈ ਲਓ, ਉਸ ਵਿੱਚ ਸੈਂਟਰ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਗਈ ਆ। ਬੇਸ਼ੱਕ ਅਨਪਲੋਇਮੈਂਟ ਹੈ, ਬੇਸ਼ੱਕ ਗਰੋਥ ਹੈ, ਉਹ ਵੀ ਬਹੁਤ ਜ਼ਿਆਦਾ ਥੱਲੇ ਡਿੱਗ ਪਈ ਆ, 5%। 46 ਸਾਲ ਵਿੱਚ ਪਹਿਲੀ ਵਾਰ ਹੋਇਆ ਕਿ ਅਨਪਲੋਇਮੈਂਟ 8.1% ਹੋ ਗਈ ਆ। ਔਰ ਬੇਸ਼ੱਕ ਬੈਂਕਾਂ ਦਾ NPA ਲੈ ਲਓ, 10 ਲੱਖ ਕਰੋੜ ਰੁਪਈਆ ਜਿਹੜਾ NPA ਜਾ ਰਿਹਾ ਆ, ਔਰ ਕੋਈ ਵੀ ਸਰਕਾਰ ਲੜਸਰਾ ਫੜਾਉਣ ਨੂੰ ਤਿਆਰ ਨਹੀਂ ਹੈ। ਕੋਈ ਵੀ ਇਹਦੀ ਜਿਹੜੀ ਪੋਲਿਸੀ ਆ ਉਹ ਸਿਰ ਨਹੀਂ ਚੜ ਰਹੀ ਹੈ। ਔਰ ਰਿਜ਼ਰਵ ਬੈਂਕ ਆ ਜਿਹੜਾ ਬੁਰੀ ਤਰ੍ਹਾਂ, ਰਿਜ਼ਰਵ ਬੈਂਕ ਸਰਦਾਰ ਮਨਮੋਹਨ ਸਿੰਘ ਫਾਇਨਾਂਸ ਮਿਨਿਸਟਰ ਸੀ ਔਰ ਸੋਨਾ ਵਾਪਸ ਲੈਂਦਾ ਗਿਆ, ਔਰ ਇਹ ਸੋਨਾ ਜਿਹੜਾ ਗਿਰਵੀ ਰੱਖ ਰਿਹਾ ਆ। ਔਰ ਇਹਨਾਂ ਨੀਤੀਆਂ ਤੋਂ ਅੱਜ ਲੋਕਾਂ ਨੂੰ ਜਾਣੂ ਕੀਤਾ ਗਿਆ ਕਿ ਪੰਜਾਬ ਦਾ ਹਰੇਕ ਵਾਸੀ, ਹਿੰਦੁਸਤਾਨ ਦਾ ਹਰੇਕ ਵਾਸੀ ਅੱਜ ਇਹ ਘੁੱਟਿਆ ਹੋਇਆ ਮਹਿਸੂਸ ਕਰ ਰਿਹਾ ਕਿ ਲੋਕਾਂ ਦੇ ਕਾਰੋਬਾਰ ਬਿਲਕੁਲ ਡੁੱਬ ਚੁੱਕੇ ਆ। ਔਰ ਅੱਜ ਇਹ ਜਿਹੜਾ ਕਾਠ ਹੈ ਦੱਸਦਾ ਕਿ ਲੋਕ ਸੈਂਟਰ ਸਰਕਾਰ ਤੋਂ ਬਹੁਤ ਦੁਖੀ ਆ, ਔਰ ਜੋ ਵੀ ਪਾਰਟੀ ਦਾ ਕੋਈ ਸੁਨੇਹਾ ਆਏਗਾ ਲੋਕ ਆਪ ਮੁਹਾਰੇ ਇਹਨਾਂ ਧਰਨਿਆਂ ਦੇ ਵਿੱਚ ਸ਼ਾਮਿਲ ਹੋ ਰਹੇ ਆ। ਔਰ ਅੱਜ ਮੈਂ ਤਾਂ ਇਹ ਸਾਰੇ ਸਮੁੱਚੇ ਆਵਾਮ ਵੱਲੋਂ ਸੁਨੇਹਾ ਦੇ ਰਿਹਾ ਕਿ ਜਦੋਂ ਵੀ ਕੋਈ ਸੁਨੇਹਾ ਪਾਰਟੀ ਦੇ ਵੱਲੋਂ ਆਉਂਦਾ ਆ, ਆਪਾਂ ਨੂੰ ਸਾਰਿਆਂ ਨੂੰ ਇਕੱਤਰ ਹੋ ਕੇ ਇੱਕ ਆਵਾਜ਼ ਦੇ
ਨਾਲ ਸੈਂਟਰ ਸਰਕਾਰ ਦੇ ਜਿਹੜੇ ਆ ਤਖ਼ਤ ਹਿਲਾ ਦੇਣੇ ਚਾਹੀਦੇ ਆ ਤਾਂ ਕਿ ਜਿਹੜੀ ਸਾਡੀ ਆਵਾਜ਼ ਹੈ ਪਾਰਲੀਮੈਂਟ 'ਚ ਗੂੰਜੇ ਔਰ ਮੋਦੀ ਸਰਕਾਰ ਜਿਹੜੀ ਸੁੱਤੀ ਆ ਉਹ ਉਸ ਨੀਂਦ ਤੋਂ ਉੱਠੇ। ਧੰਨਵਾਦ। ਜੈ ਹਿੰਦ।